ਸਾਰਿਆਂ ਸਤਿ ਸ਼੍ਰੀ ਅਕਾਲ ਜੀ ਟੌਪ 20 ਟਿਪਸ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਅੱਜ ਆਪਾਂ ਇੱਕ ਹੋਰ ਸੌਖਾ ਜਿਹਾ ਡਿਜ਼ਾਈਨ ਬਣਾਉਨੇ ਆ ਇਹ ਡਿਜ਼ਾਈਨ ਆ ਜਿਹੜਾ ਬਣਾਉਣ ਵਾਸਤੇ ਇਹਨੂੰ ਚਾਹੀਦੇ ਨੇ 2-2 ਦੇ ਹਿਸਾਬ ਨਾਲ ਕੁੰਡੇ ਇੱਕ ਕੁੰਡਾ ਰੱਖਣਾ ਆਪਾਂ ਨੇ ਫालतू ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਘੰਟੀ ਦਾ ਬਟਨ ਵੀ ਦਬਾ ਦਿਓ ਜੀ ਪਲੀਜ਼ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਡਿਜ਼ਾਈਨ ਬਣ ਕੇ ਇਸ ਤਰ੍ਹਾਂ ਤਿਆਰ ਹੁੰਦਾ ਛੋਟਾ ਛੋਟਾ ਡਿਜ਼ਾਈਨ ਆ ਇਹ ਬਹੁਤ ਸੌਖੀ ਤਰ੍ਹਾਂ ਬਣਨ ਵਾਲਾ ਡਿਜ਼ਾਈਨ ਹੈ ਇਹ ਸ਼ੁਰੂ ਕਰਦੇ ਹਾਂ ਜੀ ਆਪਾਂ ਡਿਜ਼ਾਈਨ ਪਹਿਲੀ ਸਲਾਈ ਆਪਾਂ ਨੇ ਸਿੱਧੀ ਪਾ ਲੈਣੀ ਇਹ ਉਹਨਾਂ ਜਿਹੜੀ ਨਾ ਬਹੁਤ ਹੀ ਬਰੀਕ ਹੈ ਨਾ ਬਹੁਤ ਹੀ ਮੋਟੀ ਹੈ ਇਹਦੇ ਵਾਸਤੇ ਮੈਂ 10 ਨੰਬਰ ਦੀ ਸਿਲਾਈ ਲਈ ਹੈ ਜੀ ਸਿਲਾਈ ਆਪਾਂ ਨੇ ਆਪਣੀ ਊਨ ਦੇ ਹਿਸਾਬ ਨਾਲ ਲੈ ਲੈਣੀ ਆ ਇਹ ਡਿਜ਼ਾਈਨ ਆ ਜਿਹੜਾ ਆਪਾਂ ਕਿਸੇ ਵੀ ਕੋਟੀ ਜਾਕਟ ਵਿੱਚ ਬੱਚਿਆਂ ਦੇ ਕੋਟੀ ਸਵੈਟਰ ਵਿੱਚ ਪਾ ਸਕਦੇ ਹਾਂ ਬਹੁਤ ਪਿਆਰਾ ਲੱਗਦਾ ਇਹ ਡਿਜ਼ਾਈਨ ਬਣ ਕੇ ਪੂਰੀ ਸਲਾਈ ਆਪਾਂ ਨੇ ਆਪਣੀ ਸਿੱਧੀ ਪਾ ਲਈ ਹੁਣ ਆਪਾਂ ਆਗੇ ਇਹਦੀ ਉਲਟੀ ਸਲਾਈ ਤੇ ਉਲਟੀ ਸਲਾਈ ਜਿਹੜੀ ਆਪਾਂ ਨੇ ਪਾਉਣੀ ਹੈ ਜੀ ਇਹ ਵੀ ਆਪਾਂ ਨੇ ਸਿੱਧਾ ਹੀ ਬੁਣਨਾ ਹੈ ਉਲਟੀ ਨਹੀਂ ਪਾਉਣੀ ਉਲਟੇ ਪਾਸੇ ਤੋਂ ਵੀ ਸਿੱਧੀ ਸਲਾਈ ਪਾਉਣੀ ਹੈ ਇਸ ਲਾਈ ਵੀ ਆਪਾਂ ਨੇ ਆਪਣੀ ਸਿੱਧੀ ਸਿੱਧੀ ਪਾ ਲੈਣੀ ਹੈ ਡਿਜ਼ਾਈਨ ਨੂੰ ਸ਼ੁਰੂ ਕਰਨੇ ਵਾਸਤੇ ਉਲਟੇ ਪਾਸੇ ਤੋਂ ਆਪਾਂ ਨੇ ਇੱਕ ਸਿੱਧੀ ਸਲਾਈ ਪਾਉਣੀ ਹੈ ਫਿਰ ਆਪਾਂ ਡਿਜ਼ਾਈਨ ਸ਼ੁਰੂ ਕਰਨਾ ਹੈ ਇੱਕ ਕੁੰਡੇ ਤੋਂ ਵਣ ਨਾਲ ਦੋ ਸਲਾਈਆਂ ਦਾ ਡਿਜ਼ਾਈਨ ਹੈ ਜੀ ਇਹ ਬਹੁਤ ਸੌਖਾ ਹੈ ਉਲਟੇ ਪਾਸੇ ਤੋਂ ਵੀ ਆਪਾਂ ਨੇ ਆਪਣੀ ਸਿਲਾਈ ਸਿੱਧੀ-ਸਿੱਧੀ ਪਾ ਕੇ ਪੂਰੀ ਕਰ ਲਈ ਹੁਣ ਆਪਾਂ ਆਗੇ ਸਿੱਧੀ ਸਿਲਾਈ ਤੇ ਸਿੱਧੀ ਸਿਲਾਈ ਤੇ ਆਪਾਂ ਪਾਉਣਾ ਜੀ ਡਿਜ਼ਾਈਨ ਪਹਿਲਾ ਕੁੰਡਾ ਆਪਣਾ ਬਿਨਾ ਬੁਣਿਆ ਉਤਾਰੋ ਆਪਾਂ ਮੈਂ ਆਪਣਾ ਬੁਣੋ ਮੈਂ ਇੱਕ ਕੁੰਡਾ ਸਿੱਧਾ ਬੁਣ ਲਿਆ ਇਸ ਤੋਂ ਅੱਗੇ ਇੱਕ ਕੁੰਡਾ ਸਿੱਧਾ ਬੁਣ ਕੇ ਆਪਾਂ ਡਿਜ਼ਾਈਨ ਸ਼ੁਰੂ ਕਰਨਾ ਇੱਕ ਕੁੰਡਾ ਪਾਇਆ ਜੀ ਆਪਾਂ ਸਿੱਧਾ ਧਾਗਾ ਆਪਣੇ ਵੱਲ ਘੁਮਾ ਕੇ ਆਹ ਕੁੰਡਾ ਆਪਾਂ ਨੇ ਬਿਨਾ ਬੁਣਿਆ ਉਤਾਰ ਲੈਣਾ ਜੀ ਫਿਰ ਆਪਾਂ ਪਿੱਛੇ ਧਾਗਾ ਕਰਕੇ ਇੱਕ ਕੁੰਡਾ ਸਿੱਧਾ ਬੁਣ ਲੈਣਾ ਫੇਰ ਧਾਗਾ ਆਪਣੀ ਤਰਫ ਕਰਕੇ ਇੱਕ ਕੁੰਡਾ ਬਿਨਾ ਬੁਣਿਆ ਉਤਾਰ ਲੈਣਾ ਫੇਰ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਫੇਰ ਧਾਗਾ ਆਪਣੇ ਵੱਲ ਕਰਕੇ ਇੱਕ ਕੁੰਡਾ ਇਸ ਤਰ੍ਹਾਂ ਜਿਵੇਂ ਆਪਾਂ ਪੁੱਠਾ ਬੁਣਦੇ ਹੁੰਨੇ ਇਸ ਤਰ੍ਹਾਂ ਉਤਾਰ ਲੈਣਾ ਧਾਗਾ ਆਪਾਂ ਪਿੱਛੇ ਘੁਮਾ ਲੈਣਾ ਫੇਰ ਫੇਰ ਆਪਾਂ ਕੁੰਡਾ ਸਿੱਧਾ ਬੁਣ ਲੈਣਾ ਫੇਰ ਧਾਗਾ ਆਪਣੇ ਵੱਲ ਘੁਮਾਇਆ ਕੁੰਡਾ ਬਿਨਾ ਬੁਣਿਆ ਉਤਾਰ ਹੀ ਜਾਣਾ ਇਹੀ ਸਲਾਈ ਇਸ ਤਰ੍ਹਾਂ ਹੀ ਆਪਾਂ ਨੇ ਆਪਣੀ ਪੂਰੀ ਕਰ ਲੈਣੀ ਇੱਕ ਕੁੰਡਾ ਸਿੱਧਾ ਬੁਣੀ ਜਾਣਾ ਜੀ ਧਾਗਾ ਆਪਣੇ ਵੱਲ ਘੁਮਾ ਕੇ ਇੱਕ ਕੁੰਡਾ ਬਿਨਾ ਬੁਣੇ ਤੋਂ ਉਤਾਰ ਹੀ ਜਾਣਾ ਪੂਰੀ ਸਲਾਈ ਆਪਾਂ ਨੇ ਆਪਣੀਆਂ ਇਸ ਤਰ੍ਹਾਂ ਹੀ ਪਾ ਲੈਣੀਗੀ ਇੱਕ ਕੁੰਡਾ ਸਿੱਧਾ ਬੁਣੀ ਜਾਣਾ ਇੱਕ ਬਿਨਾ ਬੁਣਿਆ ਉਤਾਰੀ ਜਾਣਾ ਉਤਾਰਨ ਆਪਾਂ ਨੇ ਧਾਗਾ ਇੱਧਰ ਕਮਾ ਕੇ ਐ ਇਸ ਤਰ੍ਹਾਂ ਇੱਛੇ ਧਾਗਾ ਕਰਕੇ ਇੱਕ ਸਿੱਧਾ ਬੁਣ ਲੈਣਾ ਆ ਦੇਖੋ ਜੀ ਅਖੀਰ ਵਿੱਚ ਆਪਣੇ ਕੋਲ ਆ ਕੁੰਡਾ ਸਿੱਧਾ ਜਿਹੜਾ ਅਗਲਾ ਕੁੰਡਾ ਇਹ ਵੀ ਆਪਾਂ ਨੇ ਸਿੱਧਾ ਹੀ ਬੁਣ ਲੈਣਾ ਹੁਣ ਆਪਾਂ ਆ ਗਏ ਜੀ ਉਲਟੀ ਸਾਈਡ ਉਲਟੀ ਸਾਈਡ ਤਾਂ ਵੀ ਆਪਣਾ ਪਹਿਲਾ ਕੁੰਡਾ ਆਪਾਂ ਨੇ ਇੱਕ ਬੁਣ ਲਿਆ ਉਸ ਤੋਂ ਅਗਲਾ ਕੁੰਡਾ ਵੀ ਆਪਾਂ ਨੇ ਜਿਹੜਾ ਇੱਧਰੋਂ ਆਹ ਦੇਖੋ ਜੀ ਸਿੱਧਾ ਬੁਣਿਆ ਤਾਂ ਇੱਧਰ ਉਲਟਾ ਦਿਖਦਾ ਇਹਨੂੰ ਉਲਟਾ ਬੁਣ ਲੈਣਾ ਧਾਗਾ ਪਿੱਛੇ ਕਰਕੇ ਆਹ ਕੁੰਡਾ ਜਿਹੜਾ ਆਪਾਂ ਨੇ ਬਿਨਾਂ ਬੁਣਿਆ ਤਾਂ ਉਤਾਰਿਆ ਤਾਂ ਇੱਧਰ ਵੀ ਆਪਾਂ ਨੇ ਬਿਨਾਂ ਬੁਣੇ ਤਾਂ ਉਤਾਰ ਲੈਣਾ ਇਸ ਤਰ੍ਹਾਂ ਧਾਗਾ ਅੱਗੇ ਕਰਿਆ ਇੱਕ ਕੁੰਡਾ ਉਲਟਾ ਬੁਣਿਆ ਧਾਗਾ ਪਿੱਛੇ ਕਰਿਆ ਇੱਕ ਕੁੰਡਾ ਬਿਨਾਂ ਬੁਣਿਆ ਉਤਾਰਿਆ ਧਾਗਾ ਇੱਧਰ ਕਰਿਆ ਇੱਕ ਕੁੰਡਾ ਉਲਟਾ ਬੁਣਿਆ ਧਾਗਾ ਪਿੱਛੇ ਕਰਿਆ ਇੱਕ ਕੁੰਡਾ ਬਿਨਾਂ ਬੁਣਿਆ ਉਤਾਰਿਆ ਇਸੇ ਤਰ੍ਹਾਂ ਆਪਾਂ ਨੇ ਆਪਣੀ ਪੂਰੀ ਸਲਾਈ ਪਾ ਲੈਣੀ ਹੈ ਉਲਟੀ ਸਲਾਈ ਤੇ ਉਲਟਾ ਕੁੰਡਾ ਪੁਣੀ ਜਾਣਾ ਜੀ ਆਪਾਂ ਨੇ ਜਿਹੜਾ ਬਿਨਾਂ ਬੁਣਿਆ ਉਤਾਰਿਆ ਤਾਂ ਉਹਨੂੰ ਆਪਾਂ ਨੇ ਪਿੱਛੇ ਧਾਗਾ ਘੁਮਾ ਕੇ ਇਸ ਤਰ੍ਹਾਂ ਬਿਨਾਂ ਬੁਣਿਆ ਉਤਾਰ ਲੈਣਾ ਇਹ ਹੀ ਆਪਣਾ ਡਿਜ਼ਾਈਨ ਹੈ ਜੀ बार-बार ਇਹਨੂੰ ਆਪਾਂ ਨੇ ਰਿਪੀਟ ਕਰਦੇ ਜਾਣਾ ਡਿਜ਼ਾਈਨ ਨੇ ਬਹੁਤ ਸੋਹਣਾ ਬਣਦਾ ਜਾਣਾ ਬਹੁਤ ਛੇਤੀ ਕੋਟੀ ਜਾਕਟ ਸਵੈਟਰ ਆਪਣਾ ਫੁਣਕੇ ਤਿਆਰ ਹੋ ਜਾਂਦਾ ਕਿਉਂਕਿ ਇਹ ਬਿਲਕੁਲ ਸਿੱਧਾ ਡਿਜ਼ਾਈਨ ਹੈ ਬਹੁਤ ਸੌਖਾ ਡਿਜ਼ਾਈਨ ਪਾ ਕੇ ਜਰੂਰ ਦੇਖਿਓ ਜੀ ਕਮੈਂਟ ਕਰਕੇ ਦੱਸਿਓ ਕਿਵੇਂ ਲੱਗਿਆ ਤੁਹਾਨੂੰ ਡਿਜ਼ਾਈਨ ਦੱਸਣ ਦਾ ਤਰੀਕਾ ਹੁਣ ਆਪਾਂ ਨੇ ਫੇਰ ਉਸੇ ਤਰ੍ਹਾਂ ਜੀ ਸिलाई ਸਿੱਧੀ ਪਾ ਲੈਣੀ ਸਿੱਧੇ ਪਾਸੇ ਤੋਂ पूरी सिलाई अपने सीधी पा लेनी कुंडे जद भी लेने अपने दो दो लेके कुंडे एक कुंडा अपने फालतू रख लेना फिर डिजाइन अपना बिल्कुल ਸਹੀ ਤੁਰ ਜਾਂਦਾ ਕੋਈ ਦਿੱਕਤ ਨਹੀਂ ਆਉਂਦੀ ਡਿਜ਼ਾਈਨ ਤੋਰਨ ਵਿੱਚ ਜੇ ਆਪਾਂ ਕੁੰਡੇ ਸਹੀ ਪਾਉਂਗੇ 2-2 ਕੁੰਡੇ ਪਾ ਕੇ ਇੱਕ ਕੁੰਡਾ ਆਪਾਂ ਨੇ ਰੱਖ ਲੈਣਾ ਫालतू ਆ ਸਿੱਧੇ ਪਾਸੇ ਤੋਂ ਆਪਾਂ ਨੇ ਪੂਰੀ ਸਿਲਾਈ ਸਿੱਧੀ ਪਾ ਲਈ ਜੀ ਹੁਣ ਆਪਾਂ ਆ ਗਏ ਉਲਟੇ ਪਾਸੇ ਉਲਟੇ ਪਾਸੇ ਤੋਂ ਫੇਰ ਆਪਾਂ ਨੇ ਸਿੱਧੀ ਜੋ ਸਿਲਾਈ ਪਾਉਣੀ ਹੈ ਜੀ ਇਹ ਉਲਟਾ ਨਹੀਂ ਬੁਣਨਾ ਸਿੱਧਾ ਹੀ ਬੁਣਨਾ ਹੈ ਹਰ ਵਾਰੀ ਇਹਦੇ ਦੋ ਸਿਲਾਈਆਂ ਪੈਣਗੀਆਂ ਦੋ ਸਿਲਾਈਆਂ ਆਪਣੀਆਂ ਪੈਣਗੀਆਂ ਜੀ ਡਿਜ਼ਾਈਨ ਦੀਆਂ ਦੋ ਸਲਾਈਆਂ ਇਸ ਤਰ੍ਹਾਂ ਹੀ ਪਹਿਣਗੀਆਂ ਸਿੱਧੇ ਪਾਸੇ ਤੋਂ ਵੀ ਸਿੱਧੀ ਬੁਣਨੀ ਹੈ ਜੀ ਉਲਟੇ ਪਾਸੇ ਤੋਂ ਵੀ ਸਿੱਧੀ ਬਹੁਤ ਪਿਆਰਾ ਜਿਹਾ ਡਿਜ਼ਾਈਨ ਬਣਦਾ ਜੀ ਇਹ ਉਲਟੇ ਪਾਸੇ ਤੋਂ ਵੀ ਆਪਾਂ ਨੇ ਦੇਖੋ ਆਪਣੀ ਪੂਰੀ ਸਲਾਈ ਪਾ ਲਈ ਇਹ ਬੁਣਿਆ ਆਪਾਂ ਨੇ ਸਿੱਧਾ ਸਲਾਈ ਆਪਣੀ ਉਲਟੇ ਪਾਸੇ ਤੋਂ ਹੁਣ ਆਪਾਂ ਨੇ ਫੇਰ ਉਸੇ ਤਰ੍ਹਾਂ ਡਿਜ਼ਾਈਨ ਸ਼ੁਰੂ ਕਰ ਲੈਣਾ ਹੈ ਪਹਿਲਾ ਕੁੰਡਾ ਭਾਵੇਂ ਆਪਾਂ ਉਲਟਾ ਬੁਣ ਲਓ ਭਾਵੇਂ ਬਿਨਾਂ ਬੁਣਿਆ ਉਤਾਰ ਲਓ ਸਿੱਧਾ ਬੁਣ ਲਓ ਜਿਵੇਂ ਤੁਹਾਡੀ ਮਰਜ਼ੀ ਹੈ ਮੈਂ ਇਹਨੂੰ ਇੱਥੇ ਸਿੱਧਾ ਬੁਣਦੀ ਹਾਂ ਉਸ ਤੋਂ ਅੱਗੇ ਫੇਰ ਉਸੇ ਤਰ੍ਹਾਂ ਇੱਕ ਕੁੰਡਾ ਸਿੱਧਾ ਬੁਣ ਕੇ ਧਾਗਾ ਆਪਣੀ ਸਾਈਡ ਘੁਮਾ ਕੇ ਆਹ ਕੁੰਡਾ ਆਪਾਂ ਨੇ ਬਿਨਾਂ ਬੁਣਿਆ ਉਤਾਰ ਹੀ ਜਾਣਾ ਫਿਰ ਆਪਾਂ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਬੁਣ ਲਿਆ ਫਿਰ ਧਾਗਾ ਆਪਣੇ ਵੱਲ ਕਰਕੇ ਇਸ ਤਰ੍ਹਾਂ ਹੀ ਆਪਾਂ ਨੇ ਇਹ ਪੂਰੀ ਸਲਾਈ ਆਪਣੀ ਪਾ ਲੈਣੀ ਹੈ ਜਦੋਂ ਜਾਨੀ ਦੇਖੋ ਜੀ ਇਸ ਤਰ੍ਹਾਂ ਬਣ ਕੇ ਤਿਆਰ ਹੋ ਜਾਣਾ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਬਣਾ ਕੇ ਜਰੂਰ ਦੇਖਿਓ ਜੀ ਦੇਖੋ ਕਿੰਨਾ ਪਿਆਰਾ ਲੱਗਦਾ ਇਹ ਡਿਜ਼ਾਈਨ ਬਣ ਕੇ ਚਲੋ ਜੀ ਮਿਲਦੇ ਆਂ ਫਿਰ ਆਪਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ